ਕਾਰਖਾਨੇ ਚ ਪਏ ਲੋਕਾਂ ਦੇ ਧਰੇ ਮੰਜੇ ਪਿਹੜੀਆਂ ਦੀਆਂ ਚੂਲਾਂ ਚੋਂ ਫਾਲਾਂ ਦਿੰਦਾ ਰਹਿੰਦਾ ਨਮੀਆਂ ਬਾਹੀਆਂ ਨੂੰ ਸੇਰੂ ਪੁੰਦਾਂ ਰਿੰਦਾ ਪੰਜਾਲੀਆਂ ਚੋਂ ਨਵੀਆਂ ਅਰਲੀਆਂ ਘੜ ਘੜ ਪੁੰਦਾਂ ਰਿੰਦਾ ਵਿਗੜੇ ਚੌਂ ਸਵਾਰਦਾ ਰਿੰਦਾ ਚਰਖਿਆਂ ਦੀਆਂ ਮੁੰਨੀਆਂ ਬਦਲਦਾ ਰਿੰਦਾ ਨਿਆਣਿਆਂ ਦੀਆਂ ਗੁੱਲੀਆਂ ਘੜਦਾ ਰਿੰਦਾ ਟੁੱਲਾ ਮਾਰ-ਮਾਰ ਉਹ ਗੁੱਲੀਆਂ ਗਵਾ ਦਿੰਦੇ ਉਹ ਹੋਰ ਘੜ ਦਿੰਦਾ ਇਸ ਤਰ੍ਹਾਂ ਉਹ ਰੁੱਝਿਆ ਰਹਿੰਦਾ ਉਸੇ ਮਨ ਨੂੰ ਤਸੱਲੀ ਰਹਿੰਦੀ ਜਦੋਂ ਉਹ ਵੇੜੇ 'ਚ ਬੈਠਾ ਥੱਕ ਜਾਂਦਾ ਤਾਂ ਉੱਠ ਕੇ ਪਿੰਡਾਂ ਦੇ ਚੱਕਰ ਮਾਰਨ ਲੱਗ ਪਿੰਦਾ ਉੱਥੇ ਕਿਸੇ ਦੀ ਪੀੜਿਠ ਹੋ ਕੰਦਾ ਚੱਕੀਆਂ ਦੇ ਕਸੇਪ ਉੜਾ ਦਿੰਦਾ ਰਾਤ ਨੂੰ ਮਿਲਦਾ ਤੀਵੀਆਂ ਮਰਦਾਂ ਨੂੰ ਟਿਚਰਾਂ ਕਰਦਾ ਉਹ ਘੜ ਨੂੰ ਮੁੜ ਪੈਂਦਾ ਕੋਈ ਦਾਣੇ ਦਿੰਦੀ ਕੋਈ ਗੁੜ ਕੋਈ ਦੁੱਧ ਦਾ ਗਿਲਾਸ ਦਿੰਦੀ ਤੇ ਕੋਈ ਉਂਝ ਹੀ ਦਿਉਰਾ ਕਹਿ ਕੇ ਸਾਰ ਦਿੰਦੀ ਉਹ ਸਵਾਦ ਸਵਾਦ ਹੋ ਉੱਠਦਾ ਜਦੋਂ ਕਦੀ ਸ਼ੀਸ਼ੇ 'ਚ ਆਪਣਾ ਮੂੰਹ ਦੇਖਦਾ ਤਾਂ ਮੱਥੇ ਤੇ ਚੰਨ ਵਰਗਾ ਤਿਰਸ਼ਾ ਦਾਗ ਦੇ ਕੇ ਲਹਿ ਲਹਿਰ ਹੋ ਉੱਠਦਾ ਜਿਵੇਂ ਉਸਦੇ ਹਿਰਦੇ 'ਚ ਕੋਈ ਕਾਂਗ ਉੱਠ ਖੜੀ ਹੋਵੇ ਇੱਕਦਮ ਸਾਰੀ ਘਟਨਾ ਅਸਦੀਆਂ ਅੱਖਾਂ ਸਾਹਮਣੇ ਆ ਜਾਂਦੀ। ਵਿਹੜੇ 'ਚ ਬੈਠਾ ਉਹ ਕੋਠਣਾ ਬਣਾ ਰਿਹਾ ਸੀ। ਬਚਨੇ ਦੇ ਪੁੱਤ ਮੇਲੂ ਨੇ ਗੁੱਲੀ ਡੰਡਾ ਖੇਡਦੇ ਆ ਅਜੇ ਹੀ ਜ਼ੋਰ ਦੀ ਟੁੱਲ ਮਾਰੀ ਕਿ ਗੁੱਲੀ ਦਾ ਤਿੱਖਾ ਸਿਰਾ ਕਿਸ਼ਨੇ ਦੇ ਮੱਥੇ 'ਚੋਂ ਆਵਜਾ। ਉਹ ਲਹੂ ਲਹਾਨ ਹੋ ਗਿਆ। ਮੇਲੂ ਦੀ ਮਾਂ ਕਰਤਾਰੋ ਭੱਜੀ ਆਈ। ਉਸਨੇ ਇਕਦਮ ਆਪਣੀ ਮਲਮਲ ਦੀ ਨਵੀਂ ਚੁੰਨੀ ਨਾਲ ਲੀਰ ਪਾੜੀ ਅਤੇ ਠੰਡੇ ਪਾਣੀ ਛਪਿਓ ਕੇ ਕਿਸ਼ਨੇ ਦੇ ਮੱਥੇ ਤੇ ਬੰਨ ਦਿੱਤੀ ਪਾਣੀ ਪੱਟੀ ਨਾਲ ਕਿਸ਼ਨੇ ਨੂੰ ਠੰਡ ਜਈ ਪੈ ਗਈ ਉਹ ਹੈਰਾਨ ਹੋਇਆ ਦੇਖਦਾ ਰਹਿ ਗਿਆ ਇਕਦਮ ਇਹ ਸਾਰਾ ਕੁਝ ਕਿਵੇਂ ਹੋ ਗਿਆ ਕਿਸ਼ਨੇ ਨੂੰ ਲੱਗਿਆ ਜਿਵੇਂ ਕਰਤਾਰੋ ਹੁਣ ਵੀ ਕੁੰਡ ਕੱਢੀ ਕੰਬ ਦੇ ਹੱਥਾਂ ਨਾਲ ਉਸ ਦੇ ਮੱਥੇ ਤੇ ਪਾਣੀ ਪੱਟੀ ਬਨ ਰਹੀ ਹੋਵੇ ਉਹ ਹਰ ਰੋਜ ਵੇਹੜੇ ਚੋਂ ਬੈਠਾ ਕੋਟਨੇ ਬਣਾਉਂਦਾ ਰੰਦਾ ਫਲਦਾਰ ਕੋਟਨੇ ਫੁੱਲਦਾਰ ਕੋਟਨੇ ਜਿੰਨਾ ਤੋਂ ਹੱਥ ਧਰਿਆ ਤਿਲਖ ਤਿਲਖ ਜਾਂਦਾ ਜਿਸ ਦੀਆਂ ਗੱਲਾਂ ਦੂਰ ਦੂਰ ਦੇ ਪਿੰਡਾਂ ਚੋਂ ਹੁੰਦੀਆਂ ਰਹਿੰਦੀਆਂ ਪਿੰਡਾਂ ਦੇ ਲੋਕ ਜਦੋਂ ਕਿਸ਼ਨੇਲੇ ਪਿੰਡ ਵਿੱਚ ਦੀ ਲੰਗ ਦੇ ਤਾਂ ਉਹ ਤੂਦ ਦੀ ਛਾਵੇਂ ਖੜੀ ਪਾ ਸੁਸਤੋਂਦੇ ਉਸ ਦੇ ਨਾਲ ਗੱਲਾਂ ਕਰਦੇ ਜਾਂਦੇ ਜਾਂਦੇ ਇੱਕ ਇੱਕ ਘੋਟਨਾ ਖਰੀਦ ਕੇ ਲੈ ਜਾਂਦੇ ਰਾਜ ਉੱਤure ਜਾਂਦੇ ਕਿਸ਼ਨੇ ਨੀ ਗੱਲਾਂ ਕਰਦੇ ਰਹਿੰਦੇ ਉਸ ਦੇ ਬਣਾਏ ਘੋਟਨਿਆਂ ਦੀਆਂ ਸ਼ਿਫਟਾਂ ਦੇ ਪੁੱਲ ਬੰਦੇ ਰਹਿੰਦੇ ਐਦਾਂ ਵਾਟ ਮੁੱਕ ਜਾਂਦੀ ਮੁਕ ਲਾਵੇ ਤੁਰਦੀਆਂ ਕੁੜੀਆਂ ਜਦੋਂ ਇਹ ਦੇਖਦੀਆਂ ਕਿ ਉਹਨਾਂ ਦੇ ਦਾਦ ਚੋਂ ਕਿਸੇ ਨੇ ਘੋਟਨਾ ਨਹੀਂ ਰੱਖਿਆ ਤਾਂ ਉਹ ਰੁਸ ਰੁਸ ਬਹਿ ਜਾਂਦੀਆਂ ਰੋਟੀ ਨਾ ਖਾਂਦੀਆਂ ਦਾਸ ਦੇਖਣ ਆਈਆਂ ਤੀਵੀਆਂ ਠੋਡੀਆਂ ਤੇ ਹੱਥ ਧਰ-ਧਰ ਕੇ ਕਹਿਨੀਆਂ ਕੀ ਸੁਆਦ ਦਿੱਤੀ ਏ ਕੁੜੀ ਨੂੰ ਕੋਟਨਾ ਤਾਂ ਵਿੱਚ ਰੱਖਿਆ ਹੀ ਨਹੀਂ ਜਿਹੜਾ ਦਾਸ ਦਾ ਸ਼ਿੰਗਾਰ ਹੁੰਦਾ ਏ ਇਸੇ ਤਰ੍ਹਾਂ ਪਿੰਡ ਦੇ ਬਾਹਮਣਾ ਦੀ ਕੁੜੀ ਰੁਸ ਕੇ ਬੈਠ ਗਈ ਸੀ ਪਿੰਡ 'ਚੋਂ ਬੜੀ ਚਰਚਾ ਹੋਈ ਲੋਕ ਕਮਾਖਾਨ ਤੋਂ ਵਿਲੇ ਹੋ ਕੇ ਜਦੋਂ ਸੱਚੋਂ ਬੈਠੇ ਤਾਂ ਇਸ ਘਟਨਾ ਬਾਰੇ ਗੱਲਾਂ ਚੱਲ ਪਈਆਂ ਹਰ ਕੋਈ ਚੜਦੀ ਦਾ ਚੜਦੀ ਗੱਲ ਸੁਣਾਉਂਦਾ ਲੋਕ ਸੁਆਦ ਲੈ ਰਹੇ ਸਨ ਗੱਜ ਨੇ ਕੰਤੇ ਹੱਥ ਰੱਖ ਲਿਆ ਅੱਖਾਂ ਮੀਚਨੀਆਂ ਤੇ ਬੋਲੀ ਪਾਉਣੀ ਸ਼ੁਰੂ ਕਰ ਦਿੱਤੀ ਟਾਵੇ 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 ਬੰਮਣਾ ਦੀ ਧੀ ਰੁਸ ਗਈ ਜਦ ਤੁਰ ਨਾ ਲਗੀ ਮੁਕਲਾਵੇ ਦਾਜ ਵਿੱਚ ਘੋਟਣਾ ਨਹੀਂ ਚੋਰਾ ਉਸ ਦੀਆਂ ਹੱਡਾਂ ਨੂੰ ਖਾਵੇ ਦੇਖੀ ਬਾਬੂ ਤੋਰਦ ਮੇ ਬਿਚ ਧਰ ਕੇ ਮਨਜੀਤ ਦੇ ਪਾਵੇ ਨਿਮ ਦੇਆ ਕੋਟ ਨਿਆ ਤੇਰੀ ਸਿਫਟ ਕਰੀ ਨਾ ਜਾਵੇ ਨਿਮ ਦੇਆ ਕੋਟ ਨਿਆ ਤੇਰੀ ਸਿਫਟ ਕਰੀ ਨਾ ਜਾਏ ਕਿਸ਼ਨਾ ਤਰਖਾਨ ਬੋਲੀ ਸੁਣ ਕੇ ਚੂੰ ਮੁੱਠਿਆ ਉਸਨੇ ਉੱਠ ਕੇ ਮੁੰਡੇ ਨੂੰ ਥਾਪੀ ਤੇ ਟੇੜ ਪਾਈ ਖੰਦਰ ਦੀ ਸਾਫੀ ਲੜੋਂ ਖੋਲ ਕੇ ਰੁਪਈਆ ਉਸਨੂੰ ਫੜਾ ਦਿੱਤਾ ਲੋਕ ਹੋਰ ਵੀ ਖੁਸ਼ ਹੋ ਗਏ ਕਿਸ਼ਨੇ ਤਰਖਾਨ ਦੀ ਜ਼ਿੰਦਗੀ ਨਿੱਕੇ ਨਿੱਕੇ ਹਾਸਿਆਂ ਨਿੱਕੇ ਨਿੱਕੇ ਰੋਸੀਆਂ ਚੋਂ ਲੰਘ ਰਹੀ ਸੀ ਉਸਦੀ ਜ਼ਿੰਦਗੀ ਪਾਣੀ 'ਚ ਤਰਦੀ ਉਸ ਕਿਸ਼ਤੀ ਵਾਂਗ ਸੀ ਜਿਸ ਨੂੰ ਪਾਣੀ 'ਚ ਉੱਟਦੀਆਂ ਛੋਟੀਆਂ ਛੋਟੀਆਂ ਲਹਿਰਾਂ ਡੋਬਨ ਜਾਂ ਦਹਿਲਾ ਦੇਣ ਦੀ ਥਾਂ ਇੱਕ ਹੁਲਾਰਾ ਜਿਹਾ ਦੇ ਜਾਂ। ਪਰ ਇੱਕ ਦਿਨ ਕਿਸਨੇ ਨੇ ਆਪਣੀ ਜ਼ਿੰਦਗੀ ਦੀ ਕਿਸ਼ਤੀ ਡਾਵਾ ਡੋਲ ਹੁੰਦੀ ਲੱਗੀ। ਉਸਦੀ ਘਰ ਵਾਲੀ ਅਚਾਨਕ ਬਿਮਾਰ ਹੋ ਗਈ। ਉਸਨੇ ਉਸੇ ਇਲਾਜ ਚ ਕੋਈ ਕਸਰ ਨਾ ਛੱਡੀ। ਦਿਨ ਰਾਤ ਉਸਦੀ ਸੇਵਾ ਕਰਦਾ ਰਿਹਾ। ਪਰ ਇੱਕ ਦਿਨ ਉਹ ਕਿਸ਼ਨੇ ਨੂੰ ਐਡੀ ਲੰਬੀ ਛੋੜੀ ਦਿਨੀਆਂ ਚ ਇਕੱਲਾ ਛੱਡ ਕੇ ਧੁਰੀ ਗਈ। ਕਿਸ਼ਨੇ ਸੈ ਇਸ ਨੂੰ ਰੱਬ ਦਾ ਪਾਣਾ ਸਮਝਿਆ ਤੇ ਦੁੱਖ ਅੰਦਰ ਹੀ ਅੰਦਰ ਪੀ ਲਿਆ। ਉਜੇਮਾ ਉਸ ਦੀ ਜ਼ਿੰਦਗੀ ਚ ਫੇਰ ਆ ਗਿਆ। ਉਹ ਆਪਣੇ ਕੰਮ ਚੋਂ ਮਗਲ ਰਹਿਣ ਲੱਗ ਪਿਆ। ਉਸ ਦੀ ਜ਼ਿੰਦਗੀ ਦੀ ਤੋਰ ਫੇਰ ਸਾਮੀ ਹੋ ਗਈ। ਅਖੀਰ ਉਸ ਨੂੰ ਉਸ ਦਾ ਜਵਾਈ ਸ਼ਹਿਰ ਲੈ ਆਇਆ ਤੇ ਸ਼ਹਿਰ ਚੋਂ ਆਏ ਹੁਣ ਉਸ ਨੂੰ 5 ਸਾਲ ਹੋ ਚੱਲੇ ਸਨ ਇੰਨਾ 5 ਸਾਲਾਂ ਚ ਉਸਨੇ ਆਪਣੇ ਜਵਾਈ ਦਾ ਦਿਲ ਜਿੱਤ ਲਿਆ ਸੀ ਆਖਰ ਉਸ ਦਾ ਸਹੁਰਾ ਸੀ ਤੇ ਆਪਣੇ ਜਵਾਈ ਦਾ ਬੁਰਾ ਕਿੱਦਾਂ ਸੋਹ ਸਕਦਾ ਸੀ ਉਹ ਸੋਚਦਾ ਉਹ ਗੱਡੀ ਦੇ ਬੈਠਾ ਰਹਿੰਦਾ ਬਾਹਰੋਂ ਆਏ ਵਪਾਰੀ ਨਾਲ ਗੱਲਬਾਤ ਕਰਦਾ ਕਾਰਖਾਨੇ ਚੋਂ ਕੰਮ ਕਰਨ ਵਾਲੇ ਦੇ ਕੰਮ ਦੀ ਨਿਗਰਾਨੀ ਰੱਖਦਾ ਇਹ ਆਗਮਸਤੇ ਜਿੰਮੇ ਸੀ ਇਹ ਵੀ ਕੋਈ ਕੰਮ ਹੈ ਕੰਮ ਕਰਦਿਆਂ ਨੂੰ ਦੇਖਣਾ ਜੇ ਇਹ ਵੀ ਕੰਮ 'ਚ ਸ਼ਾਮਲ ਹੈ ਤਾਂ ਰੱਬ ਬਖਸ਼ੇ ਮੈਨੂੰ ਅਜਿਹੇ ਕੰਮਾਂ ਤੋਂ ਮੈਂ ਹੈਰਾਨ ਹਾਂ ਕਿ ਇਹ ਲੋਕ ਕਿਹੜੇ ਦੂਜਿਆਂ ਦੇ ਕੰਮ ਨੂੰ ਦੇਖਣਾ ਹੀ ਆਪਣਾ ਕੰਮ ਸਮਝਦੇ ਹਨ ਜਿਉਂਦੇ ਕਿਵੇਂ ਰਹਿ ਜਾਂਦੇ ਹਨ ਉਸ ਨੂੰ ਸੋਚਮੰਗਾਰਦੀ ਹੁਣ ਉਹ ਦਾਸ ਰਹਿਣ ਲੱਗ ਪਿਆ ਉਸਦੇ ਹੱਡ ਟੁੱਟਦੇ ਰਹਿੰਦੇ ਉਸ ਦਾ ਸਿਰ ਚਕਰੋਂਦਾ ਰਹਿੰਦਾ ਉਸ ਨੂੰ ਬਾਸੀਆਂ ਆਉਂਦੀਆਂ ਅੱਖਾਂ 'ਚੋਂ ਪਾਣੀ ਭਰ-ਭਰ ਆਉਂਦਾ ਉਹ ਚੁੰਝਲਾ ਉੱਠਦਾ ਉਸਦੇ ਜਵਾਈ ਨੇ ਉਸਨੂੰ ਖੁਸ਼ ਰੱਖਣ ਦੀ ਖਾਤਰ ਪੈਸਾ ਪਾਣੀ ਵਾਂਗ ਬਹਾ ਦਿੱਤਾ ਪਰ ਉਹ ਦਾਸ ਦਾ ਉਦਾਸ ਰਿਆ ਪੈਸੇ ਦੇ ਨਾਲ ਖੀਦਿਆ ਐਸ਼ ਦਾ ਸਮਾਨ ਉਸਨੂੰ ਪਰਮਾ ਨਾ ਸਕਿਆ ਉਹ ਪਲ ਪੜ ਦੇ ਚੈਨ ਨੂੰ ਵੀ ਤਰਸ ਗਿਆ ਅਖੀਰ ਉਸਦਾ ਜਵਾਈ ਉਸਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਉਸਦੀ ਨਬਜ਼ ਦੇਖੀ ਜੀਬ ਦੇਖੀ ਜਦੋਂ ਕੁਝ ਸਮਝ ਨਾ ਆਇਆ ਤਾਂ ਉਸਨੇ ਕਿਸ਼ਨੇ ਨੂੰ ਪੁੱਛਿਆ ਕੀ ਬਿਮਾਰੀ ਹੈ ਕਿਸ਼ਨੇ ਨੇ ਜਵਾਬ ਦਿੱਤਾ बस जी चित उदास रहा है चित खुलता ही नहीं जिम्मे मेरे अंदर किसी चीज की कमी हो समझ गया समझ गया डॉक्टर ने कहा तो अंदर विटामिन बी की कमी है तुम तो बी कॉम्पलैक्स गोलियां खाओ उठेद कृष्णा चुप कर गया पर जो दुकान तो बाहर निकले तृष्ने ने हस के कहा ਇਹ ਤਾਂ ਸਾਲਾ ਹੁਣ ਪਤਾ ਲੱਗਿਆ ਭਈ ਦਵਾਈਆਂ ਨਾਲ ਵੀ ਜੀ ਲੱਗਣ ਲੱਗ ਪਿੰਦਾ ਹੈ ਹੁਣ ਉਸ ਤੇ ਜਵਾਈ ਕੋਲ ਇੱਕੋ ਇੱਕ ਇਲਾਜ ਰਹਿ ਗਿਆ ਸੀ ਸ਼ਰਾਬ ਜਿਸ ਨੂੰ ਪੀ ਕੇ ਆਰਮੀ ਉਹਨਾਂ ਪਲਾਂ ਦਾ ਬਾਦਸ਼ਾ ਹੋ ਜਾਂਦਾ ਹੈ ਜੋ ਵੱਡੇ ਵੱਡੇ ਦੇ ਗਮ ਗਲਤ ਕਰ ਦਿੰਦੀ ਹੈ ਕਿਸ਼ਨਾ ਮਿਸ਼ਰਾਬ ਦੇ ਨਸ਼ੇ ਚੋਂ ਸਭ ਦੁੱਖ ਤਕਲੀਫਾਂ ਭੁੱਲ ਜਾਵੇਗਾ ਰੰਗਿਨੀ ਉਸ ਦੀ ਜ਼ਿੰਦਗੀ ਚੋਂ ਉੱਤਰ ਆਵੇਗੀ ਉਸ ਤੇ ਜਵਾਈ ਨੇ ਸੋਚਿਆ ਉਸ ਦਿਨ ਛੁੱਟੀ ਸੀ ਕ੍ਰਿਸ਼ਨਦਰ ਖਾਨ ਤੇ ਸਜਵਾਈ ਬੈਠੇ ਗਮ ਗਲਤ ਕਰ ਰਹੇ ਸਨ ਕਿ ਚਾਨਕ ਕ੍ਰਿਸ਼ਨਦਰ ਖਾਨ ਚੁੱਪਚਾਪ ਉੱਠ ਕੇ ਬਾਹਰੋਂ ਤੁਰ ਗਿਆ ਸ਼ਾਇਦ ਉਹ ਹੋਰ ਬੋਤਲ ਲੈਣ ਗਿਆ ਸੀ ਉਸਦਾ ਜਵਾਈ ਖੁਸ਼ ਸੀ ਕ੍ਰਿਸ਼ਨਦਰ ਖਾਨ ਨੇ ਸ਼ਰਾਬ ਲੈ ਕੇ ਨਹੀਂ ਸੀ ਮੁੜਿਆ ਅੰਦਰ ਮੰंजे ਦੇ ਪਿਆਸਾ ਜਵਾਈ ਉਸਨੂੰ ਬੇਸਬਰੀ ਨਾਲ ਉੱਡੀ ਕਰਿਆ ਸੀ ਉਸਨੂੰ ਤੋੜ ਲੱਗ ਰਹੀ ਸੀ ਬਾਹਰ ਠੱਕ ਠੱਕ ਦੀ ਆਵਾਜ਼ ਹੋਈ ਕਿਸ਼ਨੇ ਦੇ ਜਵਾਈ ਨੇ ਪਾਸਾ ਪਰਤ ਲਿਆ ਬਾਹਰੋਂ ਫਿਰ ਠੱਕ ਠੱਕ ਦੀ ਆਵਾਜ਼ ਹੋਈ ਉਕੁਸ਼ਤਾ ਹੈ ਹੀ ਸੀ ਕਿ ਉਸ ਦਾ ਸਹਰਾ ਸ਼ਰਾਬ ਦੀ ਬੋਤਲ ਲੈ ਕੇ ਆ ਗਿਆ ਸੀ ਸ਼ਾਇਦ ਇਹ ਉਹ ਦਰਵਾਜ਼ਾ ਹੀ ਖੜਕਾ ਰਿਹਾ ਸੀ ਉਸ ਨੇ ਉੱਠ ਕੇ ਇੱਕਦਮ ਦਰਵਾਜ਼ਾ ਖੋਲ ਲਿਆ ਉਹ ਹੱਕਾ ਬੱਕਾ ਰਹਿ ਗਿਆ ਬਾਹਰ ਵੇੜੇ ਜੋ ਕਿਸ਼ਨ ਅੰਦਰ ਖਾਨ ਸ਼ਰਾਬਦਰ ਜੈ ਬੈਠਾ ਸੀ ਕੋਲ ਉਸ ਤੇ ਸ਼ਰਾਬ ਦੀ ਭਰੀ ਬੋਤਲ ਪਈ ਸੀ ਇੱਕ ਹੱਥ ਵਿੱਚ ਉਸਦੇ ਬੋਹਲਾ ਸੀ ਦੂਜੇ ਹੱਥ ਵਿੱਚ ਲੱਕੜ ਦਾ ਟੋਟਾ ਉਹ ਕੋਟ ਨੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ